ਸਤਿ ਸ਼੍ਰੀ ਅਕਾਲ ਜੀ, ਸਵਾਗਤ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਇਹ ਇੱਕ ਅਜਿਹਾ ਜਿਹੜਾ ਵੀਕ ਹੈ, ਮਹੀਨੇ ਦਾ ਅਜਿਹਾ ਐਂਡ ਹੁੰਦਾ ਹੈ ਜਿੱਥੇ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਉੱਪਰ ਨਤਮਸਤਕ ਹੋਣ ਲਈ ਜਦੋਂ ਅਸੀਂ ਸਰਹੰਦ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਪੁਰਾਣਾ ਗੱਲਾਂ, ਪੁਰਾਣੀਆਂ ਇਤਿਹਾਸ ਜ਼ਿਹਨ ਦੇ ਵਿੱਚ ਆਉਂਦਾ ਹੈ। ਬਹੁਤ ਸਾਰੇ ਲੋਕ ਜਿਹੜੇ ਕ੍ਰਿਸਮਿਸ ਮਨਾਉਂਦੇ ਨੇ ਉਹਨਾਂ ਦਾ ਆਪਣਾ ਇੱਕ ਰਵੱਈਆ ਹੈਗਾ ਸਮਾਜ ਪ੍ਰਤੀ, ਨਵਾਂ ਸਾਲ ਵੀ ਹੈ। ਸੋ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਇਸ ਮਹੀਨੇ ਦੇ ਆਖਰ ਦੇ ਵਿੱਚ, ਇਸ ਹਫ਼ਤੇ ਦੇ ਵਿੱਚ ਸਾਡੇ ਮੂਹਰੇ ਆਉਂਦੀਆਂ ਨੇ। ਸੋ ਹਰ ਇਨਸਾਨ ਦਾ ਆਪਣਾ ਆਪਣਾ ਇੱਕ ਨਜ਼ਰੀਆ, ਧਾਰਮਿਕ, ਸਮਾਜਿਕ, ਪੋਲੀਟੀਕਲ ਪੱਖ ਤੋਂ ਜਦੋਂ ਅਸੀਂ ਛੱਡ ਕੇ ਦੂਜਾ ਪਾਸਾ ਦੇਖਦੇ ਹਾਂ ਤਾਂ ਬਹੁਤ ਸਟੂਡੈਂਟਸ ਲਈ ਇਹ ਜਿਹੜਾ ਹਫ਼ਤਾ ਹੈ ਇੱਕ ਬੜਾ ਕਠਿਨ ਹਫ਼ਤਾ ਹੁੰਦਾ ਹੈ। ਕਠਿਨ ਹਫ਼ਤਾ ਇਸ ਕਰਕੇ ਹੈ ਕਿਉਂਕਿ ਅੰਬੈਸੀ ਦੇ ਵਿੱਚ 22 ਤਰੀਕ ਤੋਂ ਲੈ ਕੇ 4-5 ਜਨਵਰੀ ਤੱਕ ਛੁੱਟੀਆਂ ਹੁੰਦੀਆਂ। ਦੂਸਰੀ ਮਜਬੂਰੀ ਹੈ ਕਿ ਬਹੁਤ ਸਾਰੇ ਬੱਚਿਆਂ ਦੇ ਵੀਜ਼ਾਜ਼ ਆ ਗਏ, ਫਲਾਈ ਕਦੋਂ ਕਰੀਏ ਇਹ ਟੈਨਸ਼ਨ ਹੈ। ਕਈਆਂ ਦੇ ਵੀਜ਼ਾਜ਼ ਨਹੀਂ ਆਏ, ਕਲਾਸਾਂ ਜਨਵਰੀ 'ਚ ਸਟਾਰਟ ਹੋਣੀ ਹੈ, ਉਹ ਟੈਨਸ਼ਨ ਦੇ ਵਿੱਚ ਹੈ ਕਦੋਂ ਵੀਜ਼ਾ ਆਏਗਾ, ਕਦੋਂ ਅਸੀਂ ਜਾਵਾਂਗੇ। ਸੋ ਛੋਟੀ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਇੱਕ ਚੰਗਾ ਕੰਸਲਟੈਂਟਸ ਦੱਸ ਸਕਦਾ। ਜਿਸ ਪ੍ਰਦੀਪ ਜੀ ਨੂੰ ਬੁਲਾਇਆ, ਸਪੈਸ਼ਲੀ ਪ੍ਰਦੀਪ ਬਾਲਿਆਨ ਜੀ, ਉਹਨਾਂ ਨੂੰ ਵੈਸਟਨ ਓਵਰਸੀਜ਼ ਤੋਂ, ਕਿ ਜਿਹੜੇ ਬੱਚਿਆਂ ਦਾ ਹਾਲੇ ਵੀਜ਼ਾ ਨਹੀਂ ਆਉਣਾ ਹੈਗਾ, ਉਹਨਾਂ ਨੂੰ ਐਕਸਟੈਂਸ਼ਨ ਲੈਣੀ ਚਾਹੀਦੀ ਹੈ, ਨਹੀਂ ਲੈਣੀ ਚਾਹੀਦੀ, ਕੀ ਕਰਨਾ ਚਾਹੀਦਾ ਕੈਨੇਡਾ ਦੇ ਵਿੱਚ। ਦੂਸਰਾ, ਥੋੜ੍ਹੀ ਜਿਹੀਆਂ ਰਿਊਮਰਸ ਆ ਰਹੀਆਂ ਨੇ ਜਾਂ ਸੱਚਾਈ ਹੈ ਉਹਨਾਂ ਦੇ ਵਿੱਚ, ਕੁਛ ਸੱਚਾਈ ਵੀ ਹੈਗੀ ਹੈ ਕੈਨੇਡਾ ਦੀ, ਉਹਦੀ ਵੀ ਡਿਸਕਸ ਕਰਾਂਗੇ। ਤੀਸਰੀ ਚੀਜ਼ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਆਸਟ੍ਰੇਲੀਆ ਨੂੰ ਲੈ ਕੇ ਬੱਚੇ ਇਸ ਵਕਤ ਅਪਲਾਈ ਕਰੀ ਜਾ ਰਹੇ ਨੇ ਮਾੜੇ ਕੰਸਲਟੈਂਟਸ ਕੋਲ। ਮਾੜੇ ਤੋਂ ਭਾਵ ਮੇਰਾ ਹੈ ਕਿ ਜਿਨ੍ਹਾਂ ਦੇ ਟਾਈ ਅਪਸ ਨਹੀਂ, ਜਿਨ੍ਹਾਂ ਨੂੰ ਰੂਲ ਐਂਡ ਰੈਗੂਲੇਸ਼ਨਸ ਨਹੀਂ ਪਤਾ, ਉਹ ਬੱਚੇ ਆਪਣੀਆਂ ਪ੍ਰੋਫਾਈਲਸ ਖਰਾਬ ਕਰ ਰਹੇ ਨੇ। ਪਲੀਜ਼ ਉਹ ਧਿਆਨ ਦੇਣ ਕਿਵੇਂ ਅਪਲਾਈ ਕਰਨਾ ਆਸਟ੍ਰੇਲੀਆ ਦੇ ਵਿੱਚ। ਇਹ ਦੋ ਬਹੁਤ ਮੁੱਦੇ ਅਹਿਮ ਹੋਣਗੇ, ਇਸ ਤੋਂ ਇਲਾਵਾ ਨਿਊਜ਼ੀਲੈਂਡ ਔਰ ਯੂਰਪ ਬਾਰੇ ਵੀ ਅਸੀਂ ਗੱਲ ਕਰਾਂਗੇ। ਪ੍ਰਦੀਪ ਜੀ, ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ। ਕਿਵੇਂ ਸਿਹਤ ਤਾਂ ਹੁਣ? ਅਬ ਠੀਕ ਹੈ ਸਰ। ਚਲੋ ਗੁੱਡ, ਅੱਜ ਚਿਹਰਾ ਵੀ ਤੁਹਾਡਾ ਖੁਸ਼ ਨਜ਼ਰ ਆ ਰਿਹਾ। ਅੱਛਾ ਪ੍ਰਦੀਪ ਜੀ, ਪਹਿਲਾਂ ਤਾਂ ਉਹਨਾਂ ਬੱਚਿਆਂ ਦਾ ਇੱਕ ਸਵਾਲ ਆਇਆ ਕਿ ਜਿਹੜੇ ਜੀ ਹੁਣ ਛੁੱਟੀਆਂ ਹੋ ਗਈਆਂ, ਜੇ ਵੀਜ਼ਾ ਸਾਡਾ ਛੁੱਟੀਆਂ 'ਚ ਆ ਜਾਂਦਾ ਹੈ ਔਰ ਟਾਈਮ 'ਤੇ ਆਉਂਦਾ, ਫੋਰ ਐਗਜ਼ਾਮਪਲ ਪਰਸੋਂ ਨੂੰ ਸਾਡੀ ਕਲਾਸ ਸਟਾਰਟ ਹੈ, ਅੱਜ ਸਾਨੂੰ ਪਾਸਪੋਰਟ ਮਿਲਦਾ ਹੈ, ਤਾਂ ਸਾਨੂੰ ਇਮੀਡੀਏਟਲੀ ਕੀ ਕਰਨਾ ਚਾਹੀਦਾ? ਦੇਖੀ, ਪਹਿਲੀ ਵਾਰ ਤਾਂ ਜੋ ਕਲਾਸਿਸ ਸਟਾਰਟ ਹੋਣੀ ਉਹ ਤਕਰੀਬਨ ਕਿਸੇ ਕੀ 5 ਤਾਰੀਖ ਸੇ, ਕਿਸੇ ਕੀ 7 ਤਾਰੀਖ ਸੇ, ਕਿਸੇ ਕੀ 8 ਤਾਰੀਖ ਸੇ, ਕਿਸੇ 12 ਜਨਵਰੀ ਜੀ ਜੀ ਤੋ ਕਹਿਣੇ ਕਾ ਮਤਲਬ ਹੈ ਕਾਲਜ ਨੇ ਜੋ ਛੁੱਟੀਆਂ ਕੀ ਹੈ ਉਹ ਹਿਸਾਬ ਸੇ 22-23 ਤਾਰੀਖ ਸੇ ਸਟਾਰਟ ਹੋ ਗਈ ਹੈ ਔਰ ਤਕਰੀਬਨ 4-5 ਤੱਕ ਹੈ। ਮਤਲਬ ਇਨਟੇਕ ਸਟਾਰਟ ਹੋਣੇ ਸੇ ਪਹਿਲੇ ਉਹ ਲੋਕ ਸਭ ਵਰਕਿੰਗ ਮੇਂ ਹੋਂਗੇ, ਕਾਲਜ ਖੁੱਲ੍ਹਾ ਹੋਗਾ, ਤੋ ਇਹ ਘਬਰਾਨੇ ਵਾਲੀ ਬਾਤ ਨਹੀਂ। ਹਾਂ, ਇਹ ਇੱਕ ਬਾਤ ਹੈ ਕਿ ਇਨ ਦੌਰਾਨ ਅਗਰ ਆਪ ਚਲੇ ਜਾਤੇ ਹੈ ਜਬ ਕਾਲਜ ਛੁੱਟੀ ਪੇ ਹੈ, ਕੁਛ ਕਾਲਜ ਕੀ ਛੁੱਟੀਆਂ ਚੱਲ ਰਹੀ ਹੈ, ਤੋ ਆਪ ਪਲੀਜ਼ ਆਪਣਾ ਅਕੋਮੋਡੇਸ਼ਨ ਕਾ, ਏਅਰਪੋਰਟ ਪਿਕਅਪ ਕਾ, ਇਹ ਸਾਰੀ ਚੀਜ਼ਾਂ ਪਹਿਲੇ ਹੀ ਕਰਕੇ ਜਾਣਾ। ਆਪਣੇ ਕੰਸਲਟੈਂਟ ਸੇ ਬਾਤ ਕਰੇਂ ਜਾਂ ਆਪਕੇ ਫਰੈਂਡ ਸਰਕਲ ਮੇਂ ਕੋਈ ਬੈਠਾ ਹੈ, ਰਿਸ਼ਤੇਦਾਰ ਬੈਠਾ ਹੈ, ਕਿਉਂਕਿ ਕਾਲਜ ਇਸ ਲੈਵਲ ਪੇ, ਕਿਉਂਕਿ ਜਬ ਬੰਦ ਹੋ ਗਿਆ ਰਹਾ ਵੀਜ਼ਾ ਉਸ ਦੌਰਾਨ ਆਪਕਾ, ਤਾਂ ਕਾਲਜ ਇਧਰ ਸੇ ਬੰਦ ਹੈ, ਵੀਜ਼ਾ ਆਪਕਾ ਆ ਗਿਆ, ਤੋ ਉਸ ਦੌਰਾਨ ਹਮ ਆਪਕਾ ਏਅਰਪੋਰਟ ਪਿਕਅਪ ਕਾਲਜ ਕੀ ਤਰਫ ਸੇ ਨਹੀਂ ਕਰਾ ਪਾਏਂਗੇ, ਕਾਲਜ ਕੀ ਤਰਫ ਸੇ ਅਕੋਮੋਡੇਸ਼ਨ ਮੇਂ ਵੀ ਪ੍ਰੋਬਲਮ ਆਏਗੀ। तो बी प्रिपेयर इस चीज़ के लिए, आपने अपने लेवल पे थोड़ा सा अपने कंसल्टेंट की हेल्प लेके या आपके रिश्तेदार, फ्रेंड, स्टूडेंट जो गए हुए हैं, दोस्त यार, उनका साथ लेके आपने प्लीज़ ये चीज़ ज़रूर कर लेनी है और इसके लिए सीरियस रहना है। क्योंकि यहाँ से वीज़ा ना, वीज़ा जब आता है रणवीर जी, बच्चे बहुत खुश होते हैं, वो आगे का भूल जाते हैं कि आगे एयरपोर्ट पिकअप कैसे मैनेज करवाना है, अकोमोडेशन कैसे करना है। बहुत से स्टूडेंट्स की प्रॉब्लम होती है, ये पहले ही यहीं से स्टूडेंट की भी ड्यूटी है, स्टूडेंट्स के पेरेंट्स की भी ड्यूटी है, अपना इस दौरान तो खासकर मैनेज करके अच्छे तरीके से जाएं। सेकेंडली, कुछ स्टूडेंट्स के क्वेश्चन है कि मेरे वीज़ा नहीं आए हैं, तो वीज़ा कब तक आएंगे? देखिए, एम्बेसी कॉलेज की छुट्टी हुई है, एम्बेसी की छुट्टी नहीं है, एम्बेसी वर्किंग में। हाँ, ये अलग बात है कि इस दौरान कुछ जो गोरे हैं, जो वीज़ा ऑफिसर्स हैं, जो कनाडा से बिलोंग करते हैं, वो छुट्टियों पे चले जाते हैं, तो ये थोड़ा सा एक स्लो हो जाता है। लेकिन फिर भी एम्बेसी को पता है कि क्लासेस स्टार्ट हैं, तो वो टाइम रहते हर एक बच्चे को मोस्टली वीज़ा दे देंगे या रिजल्ट्स दे देंगे। तो आप उस चीज़ के लिए प्रिपेयर रहें कि आपका मतलब इन मीन टाइम अपनी टिकट विकट का भी देखना, क्योंकि इस टाइम टिकट भी आपको महंगे मिलने वाली है। जो 40-50 हज़ार रुपये की टिकट है वो लाख लाख, डेढ़ डेढ़ लाख रुपये तक इस दौरान चली जाती है, क्योंकि इस टाइम पर एक तो न्यू ईयर है और क्रिसमस है, तो लोग ट्रैवलिंग भी बहुत ज़्यादा करते हैं, प्लस में एंड में आके कहीं ना कहीं एयरलाइन भी इस चीज़ का फ़ायदा उठाती हैं कि टाइम कम है तो पैसे अच्छे चार्ज किए जाएँ, या बीच में जितने भी क्या नाम है ट्रैवल एजेंट्स होते हैं जो इस टाइप की टिकटें बनाते हैं, जिनके पास आइटा नहीं है, वो भी अच्छे पैसे इस टाइम पर झाड़ लेते हैं। तो इस चीज़ के लिए भी आपने प्रिपेयर रहना है और अपना 2-3 साइटों पर जाके देख चेक करना है कि भाई टिकट कितने की इजिली अवेलेबल है। जी बिल्कुल, अज जी असं टिप्स दे रहे हैं वो अगले 15 दिन थोड़े जरूर कम आनगियाँ। वैदर खतरनाक है, उत्थे कपड़े किवें दे लैके जाने हैं, हर एक चीज़ का ध्यान रखियो कि साडे वाले कपड़े उत्थे तुहाडी ठंड नहीं रोकणगे, उत्थे जाके उन्हां दे अनुसार लेने पैणे हैं। ਟੈਕਸਿਸ ਦਾ ਪ੍ਰਬੰਧ ਕਰਕੇ ਜਾਓ, ਅਕੋਮੋਡੇਸ਼ਨਸ ਦੀ ਗੱਲਬਾਤ ਕਰਕੇ ਜਾਓ, ਕਾਲਜਸ ਨਾਲ ਗੱਲਬਾਤ ਕਰਕੇ ਜਾਓ, ਆਪਣੇ ਕੰਸਲਟੈਂਟਸ ਨਾਲ ਗੱਲਬਾਤ ਕਰਕੇ ਜਾਓ। ਇਹ ਮੁੱਦਾ ਮੈਂ ਤਾਂ ਛੇੜਿਆ, ਬਹੁਤ ਸਾਰੇ ਭਰਾਵਾਂ ਨੇ ਆਪਣੇ ਫਾਈਲ ਐਸੇ ਕੰਸਲਟੈਂਟਸ ਨੂੰ ਦਿੱਤੀ ਹੈ ਜਿਹਦਾ ਵਿਚਾਰੇ ਦਾ ਕੈਨੇਡਾ ਦੇ ਨਾਲ ਕੋਈ ਵਾਹ ਵਾਸਤਾ ਨਹੀਂ, ਟਾਈ ਅਪ ਨਹੀਂ, ਉਹ ਅੱਗੇ ਕਿਸੇ ਨੂੰ ਇੱਧਰ ਫੜਾਤੀ ਫਾਈਲ, ਉੱਧਰ ਫੜਾਤੀ ਵੀਜ਼ਾ ਆ ਗਿਆ,
ਉਹ 4 ਸਵਾਲ ਬੱਚੇ ਨੂੰ ਬੱਚਾ ਕੰਸਲਟੈਂਟ ਨੂੰ ਪੁੱਛਦਾ ਉਹਨੂੰ ਪਤਾ ਨਹੀਂ ਹੁੰਦਾ। ਸੋ ਸਾਡਾ ਮੋਟਿਵ ਹੈ ਕਿ ਅਸੀਂ ਤੁਹਾਨੂੰ ਦੱਸੀਏ ਕਿ ਤੁਹਾਡੀ ਪ੍ਰੋਫਾਈਲ ਕਿਤੋਂ ਵੀ ਲੱਗੀ ਹੈ, ਕਿਤੋਂ ਵੀ ਵੀਜ਼ਾ ਹੈ, ਛੋਟੀਆਂ ਛੋਟੀਆਂ ਗੱਲਾਂ ਦਾ ਪਲੀਜ਼ ਧਿਆਨ ਰੱਖ ਕੇ ਜਾਇਓ। ਅੱਗੇ ਮੁੱਦਾ ਜੀ, ਇਸ ਵਕਤ ਕੈਨੇਡਾ ਦੇ ਵਿੱਚ ਆ ਰਹੀਆਂ ਚੇਂਜਸ ਦਾ ਕਾਫੀ ਸਾਰੇ ਚੈਲੰਜਸ ਆ ਰਹੇ ਨੇ। ਕਿਤੇ ਵੀ ਵੈਬਸਾਈਟ 'ਤੇ ਲਿਖਿਆ ਨਹੀਂ ਹੋਇਆ, ਕੋਈ ਅਥੈਂਟੀਸਿਟੀ ਨਹੀਂ ਹਾਲੇ, ਇਹਨੂੰ ਅਸੀਂ ਰਿਊਮਰ ਵੀ ਨਹੀਂ ਕਹਿ ਸਕਦੇ, ਰਿਊਮਰ ਕਹਿ ਵੀ ਸਕਦੇ ਹਾਂ ਨਾ, ਕਿਉਂਕਿ ਹੋ ਸਕਦਾ ਕਿ ਕੱਲ੍ਹ ਨੂੰ ਇਹ ਚੇਂਜਸ ਨਾ ਹੋਣੇ ਰਿਊਮਰ ਬਣ ਜੇ, ਔਰ ਹੋ ਸਕਦਾ ਇਹ ਖਬਰ ਸੱਚੀ ਹੋਵੇ। 6 ਬੈਂਡ ਈਚ ਦੀ ਗੱਲ ਹੋ ਰਹੀ ਹੈ, SPP ਕਾਲਜਾਂ ਦੀ ਗੱਲ ਹੋ ਰਹੀ ਹੈ, DLI ਨੂੰ ਓਪਨ ਕਰਨ ਦੀ ਗੱਲ ਹੋ ਰਹੀ ਹੈ, ਵੈਸੇ ਓਵਰਆਲ ਕੀ ਖਬਰ ਹੈ ਔਰ ਕੀ ਇੰਡੀਕੇਸ਼ਨਸ ਨੇ? ਦੇਖੀਏ, ਮੈਂ ਆਪਕੋ ਯਹੀ ਸਲਾਹ ਦੂੰਗਾ ਜਾਂ ਜੋ ਵੀ ਕੰਸਲਟ ਜੋ ਵੀ ਸਟੂਡੈਂਟਸ ਮੁਝੇ ਦੇਖ ਰਹੇ ਹੈ ਕਿ ਅਭੀ ਇਹ ਚੀਜ਼ ਇੱਕ ਤਰ੍ਹਾਂ ਸੇ ਗਰਭ ਮੇ ਹੈ, ਅੰਧੇਰੇ ਮੇ ਹੈ। ਹਾਂ, ਸੋਸ਼ਲ ਸਾਈਟਸ ਪਰ ਲੋਕ ਕੰਸਲਟੈਂਟਸ ਬਹੁਤ ਬੜੀ ਬੜੀ ਬਾਤਾਂ ਡਾਲ ਰਹੇ ਹੈ, ਲੇਕਿਨ ਪ੍ਰਮਾਣਿਤ ਕਹੀਂ ਨਹੀਂ ਹੈ, ਕਹੀਂ ਪਰ ਵੀ ਇਸ ਚੀਜ਼ ਕੋ ਆਪ ਅਭੀ ਤੱਕ ਮਤਲਬ ਕਹੀਂ ਪਰ ਡਿਕਲੇਅਰ ਨਹੀਂ ਹੈ, ਔਰ ਕਿਸੇ ਕੋਈ ਮਤਲਬ ਸੋਰਸ ਨਹੀਂ ਹੈ ਇਸ ਚੀਜ਼ ਕਾ ਕਿ ਇਹ ਚੇਂਜਿੰਗ ਆਨੇ ਵਾਲੇ ਹੈ। ਬਟ ਹਾਂ, ਇਹ ਪੋਸੀਬਿਲਿਟੀਜ਼ ਹੈ ਕਿ ਇਹ ਚੀਜ਼ਾਂ ਹੋਣਗੀ। ਜੋ 6 ਸੀਟਸ ਕੀ ਬਾਤ ਆ ਰਹੀ ਹੈ ਉਹ ਵੀ ਪੋਸੀਬਲ ਹੈ, ਹੋ ਸਕਤਾ ਹੈ। SPP ਵਾਲੀ ਬਾਤ ਆ ਰਹੀ ਹੈ ਉਹ ਵੀ ਆ ਰਹਾ ਹੋ ਸਕਤਾ ਹੈ, ਕਿਉਂਕਿ SPP ਇੱਕ ਪਾਇਲਟ ਪ੍ਰੋਗਰਾਮ ਹੈ ਜੋ 2009 ਮੇਂ ਸਟਾਰਟ ਹੁਆ ਥਾ, ਇਹ ਹਰ ਸਾਲ ਐਕਸਟੈਂਡ ਹੋਤਾ ਹੈ, ਤੋ ਇਹ ਐਕਸਟੈਂਡ ਹੋਤਾ ਜਾ ਰਹਾ, ਇੱਕ ਦਿਨ ਰੁਕ ਵੀ ਸਕਤਾ ਹੈ। ਬਟ ਕੈਨੇਡਾ ਬੱਚੇ ਜਾਏਂਗੇ, ਬਟ ਕੀਪ ਇਨ ਮਾਇੰਡ 5 ਬੈਂਡ 5.5 ਬੈਂਡ ਉਹ ਜੋ ਬੱਚੇ ਥੇ, ਇਸ ਟਾਈਪ ਕੇ ਬੱਚੇ ਜੋ ਮਤਲਬ ਜਾ ਰਹੇ ਥੇ, ਔਰ ਕਹੀਂ ਨਾ ਕਹੀਂ ਉਨਕਾ ਵੀਜ਼ਾ ਰਿਜੈਕਸ਼ਨ ਵੀ ਆ ਰਹੀ ਸੀ, ਇੱਕ ਅੱਧ ਬੱਚੇ ਕਾ ਵੀਜ਼ਾ ਵੀ ਲੱਗ ਜਾਤਾ ਥਾ, ਇਸ ਤਰ੍ਹਾਂ ਕਹੀਂ ਨਾ ਕਹੀਂ ਐਮਬੈਸੀ ਮੇਂ ਬਹੁਤ ਜ਼ਿਆਦਾ ਵੇਟੇਜ ਆ ਰਹਾ ਥਾ ਕਿ ਜਬ ਔਰ ਕਰਾਊਡਿਡ ਚੀਜ਼ ਹੋ ਰਹੀ ਥੀ, ਉਹ ਕਹੀਂ ਨਾ ਕਹੀਂ ਕਮ ਹੋ ਜਾਏਗੀ। ਹਾਂ, ਬਟ ਅਗੇਨ ਮੈਂ ਇਹੀ ਕਹਿਣਾ ਚਾਹੂੰਗਾ ਕਿ ਵੇਟ ਐਂਡ ਵਾਚ, ਇਹ ਚੀਜ਼ ਹੋਣੇ ਵਾਲੀ ਹੈ, ਅਗਰ ਹੋਊਗੀ ਤਾਂ ਵੈਲ ਐਂਡ ਗੁੱਡ ਹੈ, ਕਿਉਂਕਿ ਅੱਛੇ ਸਟੂਡੈਂਟਸ ਫਿਰ ਵੀ ਜਾਏਂਗੇ, ਔਰ ਕੈਨੇਡਾ ਹਮੇਸ਼ਾ ਵੈਲਕਮ ਕਰਤਾ ਹੈ। ਕੈਨੇਡਾ ਇੱਕ ਤਰ੍ਹਾਂ ਸੇ ਕੈਨੇਡਾ ਰਸੀਆ ਕੇ ਬਾਅਦ ਸੈਕਿੰਡ ਲਾਰਜੈਸਟ ਏਰੀਆ ਹੈ ਕੈਨੇਡਾ ਕੇ ਪਾਸ, ਬਹੁਤ ਅਨਡਿਸਕਵਰਡ ਏਰੀਆ ਹੈ, ਏਰੀਆ ਦੇ ਨਾਲ ਨਾਲ ਪੋਪੂਲੇਸ਼ਨ ਘੱਟ ਜੀ ਪੋਪੂਲੇਸ਼ਨ ਬਹੁਤ ਸਭ ਤੋਂ ਵੱਡੀ ਸਮੱਸਿਆ ਜਿਹੜੀ 47 ਕਾਲਜਿਸ ਮੇਂ ਆਜ ਤੱਕ ਬੱਚਾ ਜਾ ਰਹਾ ਥਾ। ਅਗਰ ਇਹ ਚੀਜ਼ਾਂ ਹੋਤੀ ਹੈ ਤਾਂ ਡੈਫੀਨੇਟਲੀ ਮੋਸਟ ਵੈਲਕਮ, ਔਰ ਵੀ ਕਾਲਜ ਹੈ ਜਿਨ ਮੇਂ ਬੱਚੇ ਜਾ ਸਕਤੇ ਹੈ, ਇਸ ਸੇ SPP ਕੇ ਇਲਾਵਾ ਵੀ ਔਰ ਬਹੁਤ ਅੱਛੇ ਕਾਲਜਿਸ ਹੈ ਜੋ SPP ਕੇ ਅੰਦਰ ਨਹੀਂ ਹੈ। ਤੋ ਵੇਟ ਐਂਡ ਵਾਚ, ਮੈਂ ਇਹੀ ਕਹੂੰਗਾ ਕਿ ਇਸ ਟਾਈਮ ਪਰ ਆਪਕੋ ਵੇਟ ਐਂਡ ਵਾਚ ਹੀ ਹੈ, ਔਰ ਪਲੀਜ਼ ਆਇਲਸ ਮੇਂ ਆਪ ਚੰਗਾ ਸਕੋਰ ਲੈ ਕੇ ਆਈਏ, ਕਿਉਂਕਿ ਇਸ ਚੀਜ਼ ਕੇ ਲਈ ਆਪ ਪ੍ਰੀਪੇਅਰ ਰਹੀਏ। ਇੰਡੀਕੇਸ਼ਨਸ ਤੋਂ ਆਪਕੋ ਮਿਲ ਚੁੱਕੇ ਹੈ ਕਿ ਕਹੀਂ ਨਾ ਕਹੀਂ ਐਸਾ ਹੋ ਸਕਤਾ ਹੈ, ਤੋ ਪਲੀਜ਼ ਜੋ ਸਟੂਡੈਂਟਸ ਆਇਲਸ ਕਰ ਰਹੇ ਹੈ, ਸਟੂਡੈਂਟਸ ਕੇ ਪੇਰੈਂਟਸ ਕੋ ਮੈਂ ਇਹ ਚੀਜ਼ ਯਹੀ ਬੋਲਣਾ ਚਾਹੂੰਗਾ ਕਿ ਪਲੀਜ਼ 6 ਈਚ 6.5 ਬੈਂਡ ਕੇ ਲਈ ਆਪ ਆਪਣਾ ਅਭੀ ਸੇ ਵਰਕ ਕਰ ਸਟਾਰਟ ਕਰ ਦੇ, ਕਿਉਂਕਿ ਇਹ ਚੀਜ਼ ਹੋ ਵੀ ਸਕਤੀ ਹੈ। ਦੇਖੋ, ਦੋ ਚੀਜ਼ਾਂ ਨੇ ਕੈਨੇਡਾ, ਜਿਵੇਂ ਪ੍ਰਦੀਪ ਜੀ ਨੇ ਕਿਹਾ ਕਿ ਸੈਕਿੰਡ ਲਾਰਜੈਸਟ ਵੀ ਹੈ, ਪਾਪੂਲੇਸ਼ਨ ਵੀ ਘੱਟ ਹੈ, ਤੀਸਰਾ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਇੱਕ ਦਿਨ ਕਿ ਬੇਬੀ ਬੂਮਰ ਦੀ ਜੋ ਰਿਟਾਇਰਮੈਂਟ ਦਾ ਇੱਕ ਸਮਾਂ ਹੈ ਉਹ ਨਿਰਧਾਰਤ ਹੈ ਕਿ 21-22 ਤੋਂ ਸ਼ੁਰੂ ਹੋ ਜਾਣਾ ਹੈ, 24 ਤੱਕ ਬਹੁਤ ਸਾਰੇ ਲੋਕ ਰਿਟਾਇਰ ਹੋਣੇ ਆ, ਬਹੁਤ ਸਾਰੀਆਂ ਜੋਬਸ ਹੋਣੀਆਂ। ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਕੋਈ ਖੁੱਲ੍ਹੀ ਮੰਡੀ ਨਹੀਂ ਹੈ, ਉੱਥੇ ਕੋਈ ਖੇਤੀਬਾੜੀ ਨਹੀਂ ਹੁੰਦੀ, ਉੱਥੇ ਕੋਈ ਇਸ ਤਰ੍ਹਾਂ ਦੀ ਇੰਡਸਟਰੀ ਨਹੀਂ ਹੈ ਕਿ ਤੁਸੀਂ ਜਾ ਕੇ ਲੇਬਰ ਕੀਤੀ ਅਤੇ ਪੈਸੇ ਕਮਾ ਲਏ। ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ, ਤੁਹਾਡੀ ਪਰਸੈਂਟੇਜ ਅੱਛੀ ਹੋਵੇ। ਇਹਦੇ ਵਾਸਤੇ ਤੁਹਾਨੂੰ ਪੰਜਾਬ ਦੇ ਵਿੱਚ ਆ ਕੇ ਜਾਂ ਹਰਿਆਣਾ ਦੇ ਵਿੱਚ ਆ ਕੇ ਆਪਣੇ ਜਿਹੜੇ ਕੰਸਲਟੈਂਟਸ ਨੇ, ਉਹਨਾਂ ਦੇ ਜਿਹੜੇ ਇੰਸਟੀਟਿਊਸ਼ਨਸ ਨੇ, ਆਇਲ ਸੈਂਟਰ ਨੇ, ਉਹਨਾਂ ਦਾ ਇੱਕ ਬਹੁਤ ਵੱਡਾ ਰੋਲ ਰਹੇਗਾ। ਅਸੀਂ ਕੀ ਕਰਦੇ ਹਾਂ, ਇੱਕ ਛੋਟੇ ਜਿਹੇ ਸ਼ਹਿਰ ਗਏ, ਕਿਤੇ ਵੀ ਸੁਨਾਮ ਚਲੇ ਗਏ ਜਾਂ ਕਿਤੇ ਚਲੇ ਗਏ, ਛੋਟੇ ਜਿਹੇ ਸ਼ਹਿਰ ਚਲੇ ਗਏ ਜਾਂ ਅਸੀਂ ਨਾਭੇ ਚਲੇ ਗਏ, ਹੈ ਨਾ, ਸਵਾਲ ਛੋਟੇ ਸ਼ਹਿਰ ਦਾ ਨਹੀਂ, ਸਵਾਲ ਹੋ ਜਾਂਦਾ ਕਿ ਉੱਥੇ ਟੀਚਰ ਦੀ ਅਵੇਲੇਬਿਲਟੀ ਨਹੀਂ ਹੈ, ਬਹੁਤ ਲੋਕ ਅੱਛੇ ਢੰਗ ਨਾਲ ਆਇਲਸ ਨਹੀਂ ਕਰਵਾ ਰਹੇ। ਫਿਰ ਅਸੀਂ ਆਪਣੀ ਫਾਈਲ ਲੈ ਕੇ ਬਠਿੰਡੇ ਚਲੇ ਗਏ, ਤਰਨ ਤਾਰਨ ਚਲੇ ਗਏ, ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਰ ਕੀ ਰਹੇ ਹਾਂ। ਸੋ ਪਹਿਲੇ ਦਿਨ ਤੋਂ ਆਪਣਾ ਕੰਸਲਟੈਂਟਸ, ਆਪਣਾ ਆਇਲ ਸੈਂਟਰ ਜ਼ਰੂਰ ਚੁਣੋ ਜਿਹੜਾ ਕਿ ਡੈਡੀਕੇਟਡ ਹੋਵੇ ਤੁਹਾਨੂੰ ਕਰਾਉਣ ਦੇ ਵਿੱਚ। ਡੰਗ ਟਪਾਊ ਸੈਂਟਰਾਂ ਦੇ ਵਿੱਚ ਜਾਣਾ ਜਿਹੜਾ ਪਲੀਜ਼ ਬੰਦ ਕਰ ਦਿਓ, ਜਿਸ ਤਰ੍ਹਾਂ ਪ੍ਰਦੀਪ ਜੀ ਨੇ ਕਿਹਾ 6 ਬੈਂਡ ਦੀ ਸ਼ੁਰੂਆਤ ਹੋਣੀ ਹੈ। ਹੁਣ ਗੱਲਬਾਤ ਜਿਹੜੀ ਆਸਟ੍ਰੇਲੀਆ ਦੀ ਕਰਾਂਗੇ, ਉਸ ਤੋਂ ਪਹਿਲਾਂ ਬਤਾਉਣਾ ਚਾਹੂੰਗਾ ਕੈਨੇਡਾ ਕੀ ਬਾਤ ਚੱਲ ਰਹੀ ਹੈ। ਅਭੀ ਹਮ ਵੀ ਇੱਕ ਐਸੀ ਚੀਜ਼ ਫੇਸ ਕਰ ਰਹੇ ਹੈ। ਅਭੀ ਐਮਬੈਸੀ ਨੇ ਕਿਆ ਕਰ ਦਿਆ ਹੈ, ਜੋ 17 ਸਾਲ ਕੇ ਬੱਚੇ ਹੈ, 17 ਸਾਲ ਸੇ ਥੋੜੇ ਕਮ ਹੈ, ਉਨ ਬੱਚੋਂ ਕੇ ਲੀਏ ਕੇਅਰ ਟੇਕਰ ਮੰਗਣਾ ਸ਼ੁਰੂ ਕਰ ਦਿਆ ਹੈ। ਪਹਿਲੇ ਕਿਆ ਹੋਤਾ ਥਾ, ਅਗਰ ਜੋ ਬੱਚਾ 17 ਸਾਲ ਕਾ ਹੈ, 16 ਸਾਲ ਸਮਥਿੰਗ ਕਾ ਹੈ, ਤੋ ਕਸਟੋਡੀਅਨ ਫੋਰਮ ਜਿਸਕੋ ਬੋਲਤੇ ਹੈ, ਤੋ 16.5 ਪਲੱਸ ਕਾ ਜਾਂ 17 ਕਾ ਜੋ ਬੱਚਾ ਥਾ, ਤੋ ਉਸਕੋ ਪਹਿਲੇ ਕੋਈ ਵੀਜ਼ਾ ਦੇ ਦੇਤੇ ਥੇ, ਉਹ ਕੇਅਰ ਟੇਕਰ ਨਹੀਂ ਮੰਗਦੇ ਥੇ, ਬਲਕਿ ਕਿਊਬਿਕ ਮੇਂ ਇਹ ਚੀਜ਼ ਹੋਤੀ ਥੀ, ਇਧਰ ਬ੍ਰਿਟਿਸ਼ ਕੋਲੰਬੀਆ ਮੇਂ ਔਰ ਓਨਟਾਰੀਓ ਮੇਂ ਇਹ ਚੀਜ਼ ਨਹੀਂ ਹੋਤੀ ਥੀ। ਕਸਟੋਡੀਅਨ ਫੋਰਮ ਮੰਗਾ ਕਿ ਬਈ ਆਪ ਮਾਈਨਰ ਹੈ, ਆਪ ਵਹਾਂ ਜਾ ਕੇ ਰਹੇਂਗੇ ਤੋ ਕਿਸਕੇ ਪਾਸ ਰਹੇਂਗੇ, ਤੋ ਆਪ ਇੱਕ ਸਿਟੀਜ਼ਨ ਜੋ ਆਪ ਵਹਾਂ ਕਾ ਕੈਨੇਡਾ ਕਾ ਸਿਟੀਜ਼ਨ ਹੈ, ਉਹ ਬੰਦਾ ਆਪ ਅਪਾਇੰਟ ਕਰੋ, ਉਹ ਆਪਕੋ ਅਪਾਇੰਟ ਕਰੇ, ਜਾਂ ਆਪ ਉਸਕੋ ਅਪਾਇੰਟ ਕਰੋ, ਉਹ ਆਪਕੋ ਕੇਅਰ ਟੇਕ ਕਰੇ, ਤੋ ਉਹ ਇੱਕ ਫੋਰਮ ਫਿਲ ਕਰਕੇ ਦੇਣਾ ਹੋਤਾ। ਤੋ ਮੈਂ ਸਟੂਡੈਂਟਸ ਕੋ ਇਸ ਚੈਨਲ ਕੇ ਮਾਧਿਅਮ ਸੇ ਬਤਾਨਾ ਚਾਹਤਾ ਹੂੰ
कि अगर आप इस टाइप के स्टूडेंट्स हैं, बिलो 17 हैं या 17 के जस्ट नियर बाई है, 17 अभी की ईयर आपकी फाइल एम्बेसी में है, तो कीप इन माइंड, अपने आप को प्रिपेयर रखिए। चाहे आप कॉलेज से बात करिए, यूनिवर्सिटी से बात करिए, या आपका कोई रिलेटिव वहाँ बैठा हो, या कोई भी नॉन बैठा हो जो वहाँ का सिटीजन है, जो कस्टोडियम फॉर्म साइन करके आपको दे सके। ऐसा ना हो कि कल एम्बेसी मांग ले और आपको सिर्फ 3-4 दिन दे और उस टाइम तक आप वो चीज़ ना कर पाए और आपका वीज़ा रिजेक्ट हो जाए। बिल्कुल। अगला मुद्दा हैगा जी ऑस्ट्रेलिया। ऑस्ट्रेलिया दे विच मैं शुरू च एक अनाउंसमेंट की सी कि बहुत सारे बच्चे ने जिहड़े ओह अच्छिया प्रोफाइल्स होने के बावजूद रिजैक्ट आया वीज़ा, जिहड़ा पिछले एक महीने दे विच सानू लोगों ने संपर्क किया कि जी मेरे प्रोफाइल च कमी की है। कोई कमी नहीं है, SOP अपने आप लिख रहे हैं कंसल्टेंट्स, बच्चे की स्टोरी नहीं पता, बच्चे नू कोई पूछा नहीं जा रहा, बच्चे नू कॉलेज कोर्स की जानकारी नहीं दी जा रही, बच्चे नू फंडा बारे नहीं दस्या जा रहा, बच्चे नू किसी भी तरह की गाइडेंस नहीं है। प्रोफाइल फड़ी वीज़ा अप्लाई करता, दैट्स इट। ये नहीं है, वीज़ा आ रहा है। अज सानू थोड़ी जी अवेयरनैस की जरूरत है। अज की कहने हो प्रदीप जी, अज एक चंगी प्रोफाइल 66% वाला भी आस्ट्रेलिया तो वीज़ा रिफ्यूज़ हो जाता है, जदों कि वो वीज़ा आना चाहिए है ना, कितने मार खा रहा है बच्चा और कंसल्टेंट्स? देखिए, आपके क्वेश्चन में ही आपका आंसर है। सबसे पहले स्टूडेंट्स को एक चंगा कंसल्टेंट जिसके डायरेक्ट IELTS हो, जिसका स्टाफ क्वालिफाइड हो, वो हायर करना चाहिए, वो सबसे मस्त है। कई बार क्या होता है कि बच्चा डिजर्व करता है वीज़ा लेने के लिए, लेकिन वो ले नहीं पाता ड्यू टू द फॉल्ट ऑफ वीज़ा कंसल्टेंट, या जिसको आप कबूतरबाज कहो या फिर कंसल्टेंट, कुछ भी होता है। यहाँ बच्चा पैकेज में ज़्यादा बिलीव करता है, जी पैकेज कर लो और सब कुछ आप करो, तो उसमें क्या होता है कि बच्चा भूल जाता है कि वो ये सोचता है कि मैंने तो कंसल्टेंट को हायर कर लिया, मैंने तो 10 की बजाय 13 लाख रुपए देने हैं, 14 लाख रुपए देने हैं, सब वही करेगा। अरे भाई, वो करेगा भी तो कम से कम नॉलेज तो आपको पता होना चाहिए, जीतना तो आपने है, हारना तो आपने है ना, एक तरह से जो कुश्ती तो आपने लड़नी ना एम्बेसी में जाके। आपकी फाइल एम्बेसी में जाएगी, वो कंसल्टेंट से बात नहीं करेगी, वो आपसे बात करेगी। कोर्स कंटेंट, आउटकम ऑफ दिस कोर्स, स्टडी कंप्लीट करने के बाद किस टाइप की जॉब मिलेगी, आप इंडिया में तो इंडिया में वापस आओगे या ऑस्ट्रेलिया में सेटल होना चाहते हैं, तो अगर उनको ये इंटेंशन हो जाती है, थोड़ी सी बनक लग जाती है, तो ऑस्ट्रेलिया सेटल होना चाहता है, तो उसको वीजा नहीं मिलता है। तो चंगा कंसल्टेंट जो आपके साथ मिलकर हार्डवर्क करे, तब एक वीजा लगता है। सेकंडली, गुड न्यूज मैं देना चाहूंगा, अभी रिसेंटली हमारे मतलब टीवी पर, बड़ी बातें नहीं बोलता मैं कि मेरी आदत भी नहीं, बल्कि मैं दिखाऊंगा अभी स्टूडेंट से कुछ टेस्टिमोनियल, 4-4 दिन में वीजे आ रहे हैं ऑस्ट्रेलिया के। ओके, तो ये चीजें भी आपने देखनी है कि फाइल लग रही है तो आपकी SOP पे बहुत बड़ा मैटर करता है। और एक रिलीवेंट कोर्स जिसको GT बोलते हैं, जेन्युइन टेम्पररी इंटरेंट, उसमें आपके एकेडमिक, उसमें आपकी फंडिंग, उसमें आपका क्या नाम है स्टेटमेंट ऑफ पर्पज, आप उसमें आपकी इंटेंशन, ये सारी चीज़ें देखी जाती है। इमिग्रेशन हिस्ट्री, पेरेंट्स की इनकम रेशियो, हाँ ये बात है फंड जाते नहीं है, लेकिन आज की डेट में फंड्स की को बताना पड़ता है कि हमारे पास फंड इस टाइप के हैं, फंडिंग एम्बेसी मांगेगी तो हमें दिखाना होगा। लेकिन कीप इन माइंड, अगर ये सारी चीज़ें आपको पता है और आप कॉलेज कंसल्टेंट के साथ मिलकर ये हार्डवर्क करते हैं, तो आपका वीज़ा लग सकता है। लेकिन आप टोटली अगर कंसल्टेंट पर डिपेंड होंगे, तो हो सकता है कि वो काम अच्छा कर रहा हो, लेकिन आपको नॉलेज ना होने के कारण एम्बेसी कल ने आपका जब इंटरव्यू लेती है तो उसमें भी आप फेल हो सकते हो। सेकेंड, एक चीज़ सबसे बड़ी बात, फंडिंग को लेकर बड़ी प्रॉब्लम आ रही है। फंडिंग में क्या है कि आज की डेट में स्टूडेंट, खासकर ऑस्ट्रेलिया जो जाने वाले हैं, वो स्टूडेंट जैसे एडवांस डिप्लोमा में जा रहे हैं तो सर 18-19 लाख के फंड, बैचलर्स में जा रहे थे 24-25 लाख के फंड दिखाने, स्पाउस है तो वो 28-29-30 लाख के फंड दिखाने। स्टूडेंट क्या कर रहे हैं आज की डेट में, 3 महीने पुरानी FD कराने अपने नाम से जी। और इधर से कॉलेज पूछता है या यूनिवर्सिटी पूछती है, भाई FD तूने अपने नाम से कराई है, इतना बड़ा पैसा आपके पास कहाँ से आया है? अगर बच्चे के पास सोर्स है तो ठीक है, नहीं है तो उसको लटका देती है एक तरह से आज की डेट में यूनिवर्सिटीज भी। तो कीप इन माइंड, अगर आप फंड्स अरेंज कर रहे हैं तो अपने नाम ना करा के अपने मम्मी पापा दादा दादी के नाम फंड कराओ, ये ज़्यादा बेटर है, और इवन के मम्मी पापा के नाम होते ज़्यादा बेटर है। सेकेंडली, क्योंकि उसमें क्या होता है कि एम्बेसी को पता है कि यार ये जो पेरेंट्स हैं ये पालन हार है, इन्होंने ही करना है सबका, पूरी फैमिली का या बच्चों का, तो कम से कम इनके नाम है। लेकिन स्टूडेंट के नाम अगर वो पैसे आते हैं तो कहीं ना कहीं वो मैनेज लगते हैं कि मैनेज किए हुए हैं, इधर उधर से उठाए, और इवन के ये होता भी है कि मैनेज किए हुए होते हैं, कोई सोर्स नहीं होता, तो उस तरह से बच्चा लटक जाता है 3 महीने पुराने फंड होते हुए भी। अगर पेरेंट्स के नाम है तो वो चाहे 1 महीने भी हैं, 2 महीने भी हैं, 3 महीने भी, तो वो चल जाते हैं। सेकेंड चीज़, आपने यहाँ पे ये चीज़ का ध्यान रखना, अगर आपने वीज़ा से रिजेक्शन से बचना है, तो कि आप अपने फादर मदर की, दादा दादी के, भाई बहन जो भी वर्किंग में है, उनके प्रोफेशन के हिसाब से उनकी स्ट्रॉन्ग इनकम टैक्स रिटर्न होनी चाहिए, ITR, ये बहुत मैटर करती है। क्योंकि इधर से क्या होता है कि विद एग्जेम्पशंस, लाइक 3 लाख तक एग्जेम्प्ट है, तो पेरेंट्स क्या करते हैं, बहुत से ऐसे आते हैं अच्छा बिजनेस कर रहे हैं लेकिन 2-2 लाख रुपए की ITR भर रहे हैं,
अकाउंट में 30 लाख रुपया पड़ा है, आईटीआर मम्मी की 2 लाख की, पापा की 2 लाख की। अरे 4 लाख रुपये कमाने वाला 14 लाख या 20 लाख रुपये कैसे खर्चेगा ऑस्ट्रेलिया में बैलेंस जाके? नहीं बन पाता, बैलेंस बन नहीं पाता है। तो वो एक आईटीआर आपकी होनी चाहिए, और उसके लिए आप प्लीज थोड़ा सा अपने जो अकाउंटेंट है, जो आपका सीए है, उस चीज की हेल्प लो, और कहीं ना कहीं थोड़ा बहुत टैक्स दे के जी बढ़िया तरीके से आपका जो जस्टिफिकेशन है उसके साथ जाओ। अगर आपकी 7-8-10 लाख रुपये की आईटीआर है तो कहीं ना कहीं जस्टिफाई होती है, 8-10 लाख रुपये कमाने वाला 15-16-20 लाख रुपया खर्च जी जी सकता जी है। प्रदीप जी, जिस तरह गल कर रहे थे कि बच्चों के वीज़ा दिखावेंगे, सो वीज़ा दिखा रहे हैं, फिर वही गल, प्रमोशन नहीं है। बहुत सारे बच्चों का हौसला टुटा है कि 2 महीने लगते हैं आस्ट्रेलिया, बहुत सारे बच्चों का हौसला टुटा जी 5.5 के वीज़ा नहीं आता, जो बहुत तरह के प्रोफाइल्स कॉम्प्लीकेटेड ने। बच्चों दी गल्लां बातें सुन के तुम उन्होंने संपर्क कर सकते हो सकता तो ही प्रोफाइल उन्होंने मैच करे, तुम भी वीज़ा प्राप्त करके अपना बेहतर जीवन लिए विदेशों में भी जाके पढ़ सको। वीज़ा तो बाद थोड़ी जी गल्लां बातें यूरोप बारे करांगे असीं। Hello everyone, my name is Kajal. I am an Australia visa counselor in Western Overseas. Today we got Australia student visa of Parminder Singh. He is with us. Congratulations, Parminder. Thank you, ma'am. My name is Parminder Singh. I am from Haryana district, Kathal, and I got my visa within 4 days. And or मेरे relatives ने मुझे suggest किया था कि आप एक बार Western Overseas के पास consult करें and उनके उनका सुझाव लें। And जब मैं यहाँ पे आया तो काजल मैम ने मुझे बहुत ही अच्छी तरह गाइड किया एंड विद इन 4 डेज मेरा वीजा आ चुका है और मैं ऑस्ट्रेलिया के कॉलेज एपिक में जा रहा हूँ जिसमें मेरा कोर्स है डिप्लोमा लीडिंग बैचलर ऑफ डिग्री। मैं सभी को रिकमेंड करूंगा कि एक बार वेस्टर्न ओवरसीज के पास आएं और जो भी स्टूडेंट अपनी स्टडी के लिए अब्रॉड जाना चाहता है वो एक बार जरूर यहाँ से कंसल्ट करें, बिकॉज दे आर वेरी कोऑपरेटिव एंड दे गाइड वेरी एक्सीलेंट। सो आई रिकमेंड एवरीवन टू विजिट देयर। आजकल जैसे मार्केट में फैला हुआ है ऑस्ट्रेलिया स्टूडेंट वीजा नहीं मिल रहा है या फंडिंग जो है वो बहुत ज्यादा मतलब लीनियंसी हो गई है, ऐसा कुछ नहीं है। फंडिंग जो है कॉलेज चेक कर रही है, अम्बेसी नहीं चेक करेगी, बट अम्बेसी माइट आस्क। सेकेंड थिंग, आईएलटीएस स्कोर पे अगर स्टूडेंट्स कह रहे हैं कि डिप्लोमा पर वीजा नहीं आ रहा है, डिप्लोमा लीडिंग टू डिग्री में ही स्टूडेंट जा रहा है, इसके 3 मॉड्यूल्स में 5.5 बैंड था एंड लिसनिंग में ही स्कोर्ड 7.5, बट स्टिल ही गॉट ऑस्ट्रेलिया वीजा इन 4 वर्किंग डेज। So I recommend all the students, all the viewers, just visit Western Overseas once for the consulting. And मेरे student ने शुभकरण प्रीत सिंह जिन्होंने आज कनाडा का वीजा आया है, एक इन्होंने प्लस टू 2015 में की हुई है एंड इस तो बाद इन्होंने 2 साल का स्टडी गैप थी एंड 2017 में इन्होंने आईएलटीएस की थी 6.5 नॉट लेस देन 6 बैंड और ये आज केबरटॉन यूनिवर्सिटी के जा रहे हैं हॉस्पिटैलिटी मैनेजमेंट की बैचलर लिए और इन्हों की कैनेडा तो पहला रिफ्यूजल सी किसी होर कंसल्टेंट के कोलों और फाइनली इन्हों का अज वीज़ा आया है कैनेडा का। सो मैं कॉन्ग्रेचुलेट करना चाहूँगी शुभकरणप्रीत नूं। कॉन्ग्रेचुलेशन शुभकरण, प्लीज शेयर योर व्यूज विद स्टूडेंट। हेलो एवरीवन, माय सेल्फ शुभकरणप्रीत सिंह एंड आई बिलोंग टू तरन डिस्ट्रिक्ट तरन तारण। आई कंप्लीटेड माई प्लस टू इन 2015 विद 72% ऑफ मार्क्स एंड देन आई हैव अ 2 ईयर ऑफ गैप इन माई स्टडी। In 2017, I paid for IELTS test and got 6.5, not less than 6 in IELTS. And then I applied for hospitality management in St. Lawrence College, but unfortunately I got refused. And then I was very frustrated, but after that one of my friends suggested me to visit Western Overseas. And after that I visited Western Overseas and met Ms. Rajni ma'am, who counseled me very well, and I applied for bachelor in hospitality management in Capreton University, and within 10 days I got my visa. Today I am very happy and I would like to thank the whole staff of Western Overseas and especially Ms. Rajni ma'am and Pardeep Balyan sir, who counseled me very well. Thank you, and I would like to recommend all of my friends who want to fulfill their dream of study. Hello abroad, everyone, please visit Pardeep Balyan again, ek naye student ke saath. एक नया स्टूडेंट, एक नई स्टोरी, एक सक्सेसफुल स्टोरी। स्टूडेंट अंगद शर्मा जो कि बिलोंग करते हैं लुधियाना से, अगर इस स्टूडेंट की बात की जाए तो ये आयरलैंड से रिफ्यूज, इसके बाद इन्होंने वेस्टर्न ओवरसीज को अप्रोच किया और आज इनका पोलैंड का वीज़ा इनके हाथ में है। आप देख सकते हैं ये पोलैंड का वीज़ा इनका है, जो कि ये स्टूडेंट्स एमए इंटरनेशनल बिजनेस करने जा रहे हैं यूनिवर्सिटी ऑफ इकोनॉमिक्स। तो अंकद थोड़ा सा बताइए, फर्स्टली कॉन्ग्रेचुलेशन फॉर योर वीजा। थैंक यू, थैंक यू। तो आपका कैसी जर्नी रही वेस्टर्न ओवरसीज के साथ? वेस्टर्न ओवरसीज दे विच मैं फर्स्ट टाइम आया सीगा जदों मेरा रिफ्यूजल लग गया सीगा आयरलैंड तो, सो सेकंड टाइम मैं चलिया सी ते आयरलैंड हमसे तो नहीं हुआ ना। हां जी, हमसे तो रिफ्यूज नहीं हुआ ना। नहीं नहीं, चलिए
ਅਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਜੈ ਸਿੰਘ ਨੂੰ ਕੰਸਲਟ ਕੀਤਾ ਅਤੇ ਇਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ। ਜੈ ਸਿੰਘ ਇਜ਼ ਆਵਰ ਕਾਊਂਸਲਰ, ਓਕੇ। ਹਾਂਜੀ, ਅਤੇ ਸਟੈਪ ਬਾਏ ਸਟੈਪ ਉਹਨਾਂ ਨੇ ਮੈਨੂੰ ਪ੍ਰੋਸੀਜਰ ਦੱਸਿਆ ਕਿ ਪੋਲੈਂਡ, ਵਾਈ ਪੋਲੈਂਡ ਇਜ਼ ਵੈਰੀ ਗੁੱਡ ਫੋਰ ਮੀ। ਅਤੇ ਉਸ ਤੋਂ ਬਾਅਦ ਇੱਕ ਵਧੀਆ ਕੋਰਸ ਮੈਨੂੰ ਪਿੱਕ ਕਰਕੇ ਦਿੱਤਾ ਜੀ, ਅਤੇ ਸਟੈਪ ਬਾਏ ਸਟੈਪ ਫਿਰ ਮੈਨੂੰ ਅਪੁਆਇੰਟਮੈਂਟ ਤੋਂ ਲੈ ਕੇ ਵੀਜ਼ਾ ਇੰਟਰਵਿਊ ਤੱਕ, ਅਤੇ ਅੱਜ ਵੀਜ਼ਾ। ਗੁੱਡ ਗੁੱਡ। ਤੋ ਕਿੰਨਾ ਟਾਈਮ ਆਪਕਾ ਲਗਾ, ਟੋਟਲ ਡੂਰੇਸ਼ਨ ਕਿਤਨੀ ਰਹੀ ਆਪਕੀ, ਮਤਲਬ ਸਟਾਰਟਿੰਗ ਸੇ ਲੈ ਕੇ ਅਭੀ ਤੱਕ? ਹਾਂਜੀ, ਫਰੋਮ ਦ ਡੇਟ ਆਏ ਅਤੇ ਅਕਰੋਸ ਵੈਸਟਰਨ ਓਵਰਸੀਜ਼ ਮੈਨੂੰ 5 weeks ਲੱਗੇ ਆ ਮੈਕਸੀਮਮ। ਅਤੇ ਮੈਂ ਰਿਕਮੈਂਡ ਕਰਦਾ ਖਾਸ ਕਰ ਜਿਹੜੇ ਕਿ ਪੜ੍ਹਨਾ ਚਾਹੁੰਦੇ ਆ ਫੋਰ ਦੇਅਰ ਹਾਇਰ ਸਟੱਡੀਜ਼, ਜਿਨ੍ਹਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਅਤੇ ਉਹਨਾਂ ਨੂੰ ਕਾਫੀ ਵਧੀਆ ਡੀਲ ਕਰਦੇ ਨੇ, ਅਤੇ ਮੈਂ ਰਿਕਮੈਂਡ ਕਰਦਾ। ਤੋ ਦੋਸਤੋ, ਇਹ ਅੰਗਦ ਆਪਕੇ ਸਾਹਮਣੇ, ਜਿਨਕਾ ਅਭੀ ਆਇਰਲੈਂਡ ਕਾ ਰਿਫਿਊਜ਼ ਹੋਣੇ ਕੇ ਬਾਅਦ ਪੋਲੈਂਡ ਕਾ ਵੀਜ਼ਾ ਆਇਆ ਹੈ, ਜੈਸੇ ਕਿ ਮੈਂ ਆਪਕੋ ਦਿਖਾ ਰਹਾ ਹੂੰ। ਇੱਕ ਵਾਰੀ ਫਿਰ ਸਵਾਗਤ ਹੈ ਜੀ ਤੁਹਾਡਾ ਬਾਈਟਸ ਤੋਂ ਬਾਅਦ। ਪ੍ਰਦੀਪ ਜੀ, ਯੂਰਪ ਵਾਲੇ ਬੱਚਿਆਂ ਲਈ ਕੁਛ ਮੈਸੇਜ, ਕਿਹੜਾ ਇਨਟੇਕ ਹੈ, ਕੀ ਕਰਨਾ ਚਾਹੀਦਾ ਉਹਨਾਂ ਨੂੰ? ਦੇਖੋ ਜੀ, ਇਨਟੇਕ ਡਿਪੈਂਡ ਕਰਤਾ ਹੈ ਕੁਛ ਕਾਲਜਿਸ ਮੈਂ ਕੰਟਰੀ ਵਾਈਜ਼, ਜਿਸ ਮੈਂ ਹਮ ਕੀ ਆਪਣਾ ਕਿਆ ਨਾਮ ਹੈ, ਜਰਮਨੀ, ਫਰਾਂਸ, ਇਟਲੀ, ਆਪਕਾ ਸਵਿਟਜ਼ਰਲੈਂਡ, ਇਸਕੇ ਇਲਾਵਾ ਪੋਲੈਂਡ, ਸਾਰੇ ਕੰਟਰੀਜ਼ ਕਰਤੇ ਹੈ, ਡੇਨਮਾਰਕ ਵੀ ਕਰਤੇ ਹੈ, ਤੋ ਈਵਨ ਕਿ ਹੰਗਰੀ ਵੀ ਕਰਤੇ ਹੈ। ਤੋ ਕਿਸੀ ਮੈਂ ਮੋਸਟਲੀ ਜੋ ਕਾਲਜਿਸ ਮੈਂ ਵੋ ਫੈਬ ਮਾਰਚ ਹੋਤਾ ਹੈ ਜਾਂ ਜਨਵਰੀ ਹੋਤਾ ਹੈ, ਫਿਰ ਉਸਕੇ ਬਾਅਦ ਅਕਟੂਬਰ ਨਵੰਬਰ ਨਿਕਲਤਾ ਹੈ, ਕੁਛ ਕਾਲਜਿਸ ਮੈਂ ਪਰ ਮੰਥ ਵੀ ਇਨਟੇਕ ਨਿਕਲਤੇ ਹੈ, ਤੋ ਯੇ ਤੋ ਆਪਸ਼ਨਸ ਆਪਕੇ ਪਾਸ ਸਾਰੇ ਅਵੇਲੇਬਲ ਰਹੇਗੇ। ਆਇਲਸ ਕਰ ਲੋਗੇ ਵੈਲ ਐਂਡ ਗੁੱਡ ਹੈ, ਕਿਉਂਕਿ ਆਨੇ ਵਾਲੇ ਟਾਈਮ ਮੈਂ ਯੂਰਪ ਮੈਂ ਆਜ ਕੀ ਡੇਟ ਮੈਂ ਆਪ ਵਿਦਆਊਟ ਆਇਲਸ ਜਾ ਸਕਤੇ, ਲੇਕਿਨ ਫਿਊਚਰ ਮੈਂ ਆਪਕੇ ਲਈ ਆਇਲਸ ਮੈਂਡੇਟਰੀ ਹੋਣੇ ਜਾ ਰਹੀ ਹੈ ਯੂਰਪ ਮੈਂ ਇੱਕ ਤਰ੍ਹਾਂ ਸੇ। ਔਰ ਈਵਨ ਕਿ ਆਪਣੇ ਆਇਲਸ ਨਹੀਂ ਕੀ, ਲੇਕਿਨ ਆਪਕੀ ਕਮਿਊਨੀਕੇਸ਼ਨ ਸਕਿਲਸ ਵੀ ਅੱਛੀ ਨਹੀਂ ਹੈ, ਤੋ ਆਪਕੋ ਨਹੀਂ ਮਿਲੇਗਾ ਵੀਜ਼ਾ, ਵੋ ਆਪਕੀ ਕਮਿਊਨੀਕੇਸ਼ਨ ਸਕਿਲਸ ਜ਼ਰੂਰ ਦੇਖੇਂਗੇ, ਕਿਉਂਕਿ ਪੂਰੇ ਯੂਰਪ ਮੈਂ ਕਿਸੀ ਵੀ ਐਮਬੈਸੀ ਮੈਂ ਆਪ ਫਾਈਲ ਲਗਾ ਲੀਜੀਏ, ਆਪਕੋ ਇੰਟਰਵਿਊ ਦੇਣਾ ਪੜੇਗਾ। ਇੰਟਰਵਿਊ ਦੇਣਾ ਇਟ ਮੀਨਸ ਇੰਟਰਵਿਊ ਇੰਗਲਿਸ਼ ਮੈਂ ਹੀ ਹੋਗਾ, ਉਸਕੇ ਲਈ ਆਪਕੀ ਕਮਿਊਨੀਕੇਸ਼ਨ ਸਕਿਲ ਸਟਰੋਂਗ ਹੋਣੀ ਚਾਹੀਏ। ਥੈਂਕ ਯੂ ਪ੍ਰਦੀਪ ਜੀ ਸਟੂਡੀਓ ਦੇ ਵਿੱਚ ਆਉਣ ਲਈ, ਧੰਨਵਾਦ। ਉਮੀਦ ਕਰਾਂਗੇ ਸ਼ੋਅ ਤੁਹਾਡੇ ਲਈ ਅੱਜ ਦਾ ਲਾਹੇਵੰਦ ਰਹੂਗਾ। ਰਿਪੀਟ ਟੈਲੀਕਾਸਟ ਦੇਖਣ ਲਈ ਕੱਲ੍ਹ ਨੂੰ ਤੁਸੀਂ 3:30 ਵਜੇ ਸਾਡੇ ਨਾਲ ਜੁੜ ਸਕਦੇ ਹੋ। ਉਦੋਂ ਤੱਕ ਲਈ ਆਪਣੇ ਦੋਸਤ ਰਣਵੀਰ ਸੰਧੂ ਨੂੰ ਅੱਗੇ ਦੇ ਧੰਨਵਾਦ, ਸਤਿ ਸ਼੍ਰੀ ਅਕਾਲ।